ਪੰਜਾਬ ਦੇ ਵਿੱਚ ਚਾਹੇ ਸਰਕਾਰ ਦੇ ਵੱਲੋਂ ਖਿਡਾਰੀਆਂ ਨੂੰ ਅੱਗੇ ਲਿਆਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਅਸਲੀਅਤ ਕੁਝ ਹੋਰ ਹੀ ਹੈ। ਤੇ ਜ਼ਮੀਨੀ ਪੱਧਰ ਦੀ ਗੱਲ ਕਰੀਏ ਤਾਂ ਉੱਥੇ ਨੌਜਵਾਨ ਪੀੜ੍ਹੀ ਜੋ ਖੇਡਾਂ ਦੇ ਵਿੱਚ ਕੁਝ ਕਰਨਾ ਚਾਹੁੰਦੀ ਹੈ ਪਰ ਸਹੂਲਤਾਂ ਨਾ ਮਿਲਣ ਕਾਰਨ ਪਿੱਛੇ ਰਹਿ ਜਾ ਰਹੀ ਹੈ। ਦਰਅਸਲ ਜਾਣਕਾਰੀ ਸਾਹਮਣੇ ਆਈ ਹੈ ਕਿ ਸੂਬਾ ਸਰਕਾਰ ਦੇ ਸਿੱਖਿਆ ਵਿਭਾਗ ਪੰਜਾਬ ਦੇ ਫਿਜ਼ੀਕਲ ਐਜੂਕੇਸ਼ਨ ਵੱਲੋਂ ਲੰਬੇ ਸਮੇਂ ਤੋਂ ਖਿਡਾਰੀਆਂ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ। ਸਿੱਖਿਆ ਵਿਭਾਗ ਦੀ ਖੇਡ ਨੀਤੀ 2023 ਦੇ ਅਨੁਸਾਰ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਟੀ ਸ਼ਰਟ ਅਤੇ ਨਿੱਕਰ ਖੇਡ ਕਿੱਟ ਪਿੱਤਰੀ ਜ਼ਿਲ੍ਹੇ ਦੇ ਸਪੋਰਟਸ ਫੰਡ ਦੇ ਵਿੱਚੋਂ ਦਿੱਤੀ ਜਾਵੇਗੀ। ਤਾਂ ਇਹਨਾਂ ਖੇਡ ਕਿੱਟਾਂ ਦੀ ਖਰੀਦ ਇੱਕ ਪੋਰਟਲ ਰਾਹੀਂ ਕੀਤੀ ਜਾਣੀ ਸੀ, ਜਿਸ ਲਈ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਦੀ ਆਈਡੀ ਲੋੜੀਂਦੀ ਸੀ, ਲੇਕਿਨ ਵੱਖ ਵੱਖ ਜ਼ਿਲ੍ਹਿਆਂ ਵੱਲੋਂ ਆਈਡੀ ਬਣਾ ਕੇ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਨੂੰ ਭੇਜ ਦਿੱਤੀਆਂ ਗਈਆਂ ਹਨ, ਪਰ ਇਸ ਉੱਤੇ ਕੋਈ ਅਮਲ ਹੁੰਦਾ ਜਾਪਦਾ ਨਹੀਂ, ਜਿਸ ਕਾਰਨ ਦੂਜੀ ਵਾਰ ਪੰਜਾਬ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਨਸੀਬ ਨਹੀਂ ਹੋ ਸਕੀਆਂ। ਇਸ ਸੰਬੰਧੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਪੋਰਟਸ ਕੋਆਰਡੀਨੇਟਰ ਅਤੇ DM ਨਾਲ ਗੱਲਬਾਤ ਕੀਤੀ ਗਈ ਤਾਂ ਸਭ ਤੋਂ ਇੱਕ ਜਵਾਬ ਆਇਆ ਕਿ ਸਾਡੇ ਵੱਲੋਂ ਪੋਰਟਲ ਸੰਬੰਧੀ ਆਈਡੀਆਂ ਬਣਾ ਕੇ ਮੁਫ਼ਤ ਦਫ਼ਤਰ ਨੂੰ ਭੇਜ ਦਿੱਤੀਆਂ ਗਈਆਂ ਹਨ ਅਤੇ ਇਹ ਆਈਡੀਆਂ ਮੁੱਖ ਦਫ਼ਤਰ ਵੱਲੋਂ ਐਕਟਿਵ ਕੀਤੀਆਂ ਜਾਣਗੀਆਂ। ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਪਹਿਲੇ ਗੇੜ ਦੇ ਮੁਕਾਬਲੇ ਜੋ 20 ਸਤੰਬਰ ਤੱਕ ਹੋ ਰਹੇ ਹਨ, 68 ਦੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2024 ਦੇ ਪਹਿਲੇ ਪੜਾਅ ਅੰਡਰ 19 ਲੜਕੀਆਂ ਕਬੱਡੀ ਸਰਕਲ ਦੌਰਾਨ ਰੂਪਨਗਰ ਵਿਖੇ ਵੱਖ ਵੱਖ ਜ਼ਿਲ੍ਹਿਆਂ ਦੀਆਂ ਖਿਡਾਰਨਾਂ ਰੰਗੀ ਬਿਰੰਗੀਆਂ ਖੇਡ ਕਿੱਟਾਂ ਵਿੱਚ ਖੇਡੀਆਂ ਨਜ਼ਰ ਆਈਆਂ ਤੇ ਸਿਰਫ ਇਸ ਵਾਰੀ ਜ਼ਿਲ੍ਹਾ ਲੁਧਿਆਣਾ ਦੇ ਖਿਡਾਰਨਾਂ ਹੀ ਖੇਡ ਕਿੱਟ ਦੇ ਵਿੱਚ ਨਜ਼ਰ ਨਹੀਂ ਆਏ। ਦੱਸ ਕੇ ਇਸ ਸੰਬੰਧੀ ਜਦੋਂ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਸੁਨੀਲ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਹਦਾਇਤ ਸਪਸ਼ਟ ਹਨ, ਜੇਕਰ 2.5 ਲੱਖ ਤੋਂ ਘੱਟ ਦੀ ਰਾਸ਼ੀ ਹੈ ਤਾਂ ਉਹ ਸੰਬੰਧੀ ਸਾਰੇ ਜ਼ਿਲ੍ਹੇ ਵੱਲੋਂ ਖਰੀਦ ਕੀਤੀ ਜਾ ਸਕਦੀ ਹੈ ਤੇ ਬਾਕੀ ਜੋ ਪੋਰਟਲ ਦੀ ਗੱਲ ਹੈ ਸਾਡੇ ਕੋਲ ਅਜੇ ਤੱਕ ਵੀ ਪੂਰੀ ਜਾਣਕਾਰੀ ਨਹੀਂ ਆਈ ਹੈ, ਪਰ ਜਿਸ ਜ਼ਿਲ੍ਹੇ ਦੀ ਆਈਡੀ ਬਣ ਕੇ ਆ ਗਈ ਹੈ ਉਸ ਨੂੰ ਜਲਦੀ ਅਸੀਂ ਮਨਜ਼ੂਰੀ ਦੇ ਰਹੇ ਹਾਂ ਤਾਂ ਜੋ ਖਿਡਾਰੀਆਂ ਨੂੰ ਖੇਡ ਕਿੱਟਾਂ ਸਮੇਂ ਸਿਰ ਦਿੱਤੀਆਂ ਜਾ ਸਕਣ।